ਇਸ ਵਕਤ ਮੈਂ ਮੌਜੂਦ ਹਾਂ ਫਿਰੋਜ਼ਪੁਰ ਰੇਲਵੇ ਸਟੇਸ਼ਨ 'ਤੇ। ਤੁਸੀਂ ਦੇਖ ਸਕਦੇ ਹੋ ਇੱਥੇ ਕੰਸਟਰਕਸ਼ਨ ਚੱਲ ਰਹੀ ਹੈ, ਸਟੇਸ਼ਨ ਨੂੰ ਤਿਆਰ ਕੀਤਾ ਜਾ ਰਿਹਾ ਅਤੇ ਤੁਹਾਨੂੰ ਇੱਕ ਚੀਜ਼ ਦਿਖਾਉਣਾ। ਆਹ ਦੇਖੋ ਪੁਰਾਣਾ ਇੰਜਨ, ਇਹ ਪੁਰਾਣਾ ਲੋਕੋਮੋਟਿਵ ਹੈ, ਦੇਖੋ 150 ZDM3 ਚਿਤਰੰਜਨ ਲੋਕੋਮੋਟਿਵ ਵਰਕਸ। ਆਹ ਦੇਖੋ ਇੱਥੇ ਲਿਖਿਆ, ਕਾਫੀ ਪੁਰਾਣਾ ਇੰਜਨ ਹੈ। ਦੇਖੋ ਜਿਹੜੀ ਇਹਦੀ ਲਾਈਨ ਹੈ ਉਹ ਛੋਟੀ ਹੈ, ਜਿਵੇਂ ਆਪਾਂ ਕਹਿ ਦਈਏ ਹਿਮਾਚਲ ਦੇ ਵਿੱਚ ਟ੍ਰੇਨ ਚੱਲਦੀ ਹੁੰਦੀ ਹੈ, ਇਹਦੀ ਲਾਈਨ ਦੇਖੋ ਇਹ ਛੋਟੀ ਹੈ, ਇਹਦਾ ਡਿਸਟੈਂਸ ਘੱਟ ਹੈ। ਟ੍ਰੇਨ ਕੁਛ ਫਰੰਟ ਤੋਂ ਇੱਦਾਂ ਲੱਗਦੀ ਹੈ, ਦੂਰੋਂ ਦਿਖਾਉਣਾ ਤੁਹਾਨੂੰ। ਆਹ ਦੇਖੋ 150 ZDM3 ਇਹ ਲੋਕੋਮੋਟਿਵ ਦਾ ਨੇਮ ਹੈ। ਇਹ ਫਿਰੋਜ਼ਪੁਰ ਰੇਲਵੇ ਸਟੇਸ਼ਨ ਦੇ ਬਾਹਰ ਡੈਕੋਰੇਟ ਕੀਤਾ ਹੋਇਆ ਇੰਜਨ। ਬਲੂ ਐਂਡ ਵਾਈਟ ਦਾ ਕੰਬੀਨੇਸ਼ਨ ਕੀਤਾ ਹੋਇਆ, ਕਾਫੀ ਅੱਛਾ ਲੱਗ ਰਿਹਾ। ਅਤੇ ਹਜੇ ਸਟੇਸ਼ਨ ਦੇ ਉੱਤੇ ਕੰਮ ਚੱਲ ਰਿਹਾ, ਨਵਾਂ ਤਿਆਰ ਕਰ ਰਿਹਾ ਸਟੇਸ਼ਨ ਨੂੰ। ਅਤੇ ਇਹ ਮਾਰਕੀਟ ਹੈ, ਬਾਹਰ ਹੀ ਤੁਹਾਨੂੰ ਫੂਡ ਪਲਾਜ਼ਾ ਮਿਲ ਜਾਏਗਾ ਸਟੇਸ਼ਨ ਦੇ, ਅਤੇ ਰੈਸਟ ਹਾਊਸ ਹੈ। ਅਤੇ ਜਿੱਥੇ ਮੈਂ ਸਟੇਅ ਕਰ ਰਿਹਾ, ਜਿੱਥੇ ਮੈਂ ਸਟੇਅ ਕਰ ਰਿਹਾ ਵਾਂ ਉਹ ਤੁਹਾਨੂੰ ਗੈਸਟ ਹਾਊਸ ਵੀ ਦਿਖਾ ਦਿੰਦੇ, ਉਹਦਾ ਨਾਮ ਹੈਗਾ GS ਯਾਤਰੀ ਨਿਵਾਸ, ਅਤੇ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਆਹ ਸਟੇਸ਼ਨ ਹੈਗਾ ਅਤੇ ਆਹ ਸਾਹਮਣੇ GS ਯਾਤਰੀ ਨਿਵਾਸ, ਇੱਥੇ ਅਸੀਂ ਰੂਮ ਲਿਆ ਅਤੇ 2 ਦਿਨ ਲਈ ਅਸੀਂ ਰੂਮ ਬੁੱਕ ਕੀਤਾ। ਇਹ ਇੰਜਨ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਸੀ ਇਹ ਸਟੇਸ਼ਨ ਦੇ ਬਾਹਰ ਹੀ ਹੈ, ਇਹ ਸਟੇਸ਼ਨ ਦੀ ਐਂਟਰੀ ਹੈ ਫਿਰੋਜ਼ਪੁਰ ਰੇਲਵੇ ਸਟੇਸ਼ਨ ਦੀ। ਅਤੇ ਆਓ ਅੰਦਰ ਲੈ ਚੱਲੀਏ। ਉਹ ਨਾਲ ਹੀ ਆਪਾਂ ਦੇਖ ਸਕਦੇ ਹਾਂ ਇਹ ਤੁਹਾਨੂੰ ਮਿਲ ਜਾਏਗਾ ਇੱਥੇ ਟਿਕਟ ਕਾਊਂਟਰ, ਇੱਥੇ ਆਓ ਅੰਦਰ ਲੈ ਚੱਲਦੇ ਹਾਂ ਤੁਹਾਨੂੰ। ਅਤੇ ਇਹਦੇ ਨਾਲ ਹੀ ਫੂਡ ਪਲਾਜ਼ਾ, ਥੋੜ੍ਹਾ ਜਿਹਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ, ਨਹੀਂ ਅੰਦਰ ਚੱਲੀਏ। ਅਤੇ ਇੱਥੇ ਬੋਰਡ ਲੱਗਿਆ, ਇਹ ਟਿਕਟ ਘਰ ਹੈ, ਇੱਥੋਂ ਟਿਕਟ ਲੈ ਸਕਦੇ ਹੋ ਤੁਸੀਂ। ਇਹ ਫੂਡ ਪਲਾਜ਼ਾ ਜਿਹੜਾ ਬਾਹਰੋਂ ਦਿਖਾ ਰਿਹਾ ਤੁਹਾਨੂੰ ਮੈਂ, ਇਹ ਟਿਕਟ ਘਰ, ਇੱਥੋਂ ਖਾਣ ਪੀਣ ਦਾ ਸਮਾਨ ਮਿਲਦਾ। ਗੱਡੀ ਦੇ ਚੱਲਣ ਦਾ ਸਮਾਂ ਫਿਰੋਜ਼ਪੁਰ ਛਿਉਣੀ ਦਾ, ਫਿਰੋਜ਼ਪੁਰ ਕੈਂਟ ਦਾ, ਆ ਸਾਰਾ ਲਿਖਿਆ, ਜ਼ੂਮ ਕਰਕੇ ਪੜ੍ਹ ਸਕਦੇ ਹੋ। ਪੌਜ਼ ਕਰਕੇ ਪੜ੍ਹ ਲੈਣਾ ਸਾਰਾ, ਪਲੇਟਫਾਰਮ ਤੇ ਲੈ ਚੱਲੀਏ। ਇਹ ਰੈਸਟ ਹਾਊਸ ਹੈ, ਵੇਟਿੰਗ ਹਾਲ ਸੋਰੀ,
ਅਤੇ ਉਹ ਸਾਹਮਣੇ ਟੋਇਲਟ ਬਣੇ ਹੋਏ ਆ, ਜੇ ਕਿਸੇ ਨੇ ਟੋਇਲਟ ਵਗੈਰਾ ਜਾਣਾ ਤਾਂ ਇੱਧਰ ਜਾ ਸਕਦਾ। ਆਹ ਕਲਰ ਦੇ ਡੱਬੇ ਆਉਂਦੇ ਹੁੰਦੇ ਸੀਗੇ, ਅਤੇ ਇਹ ਹੈ ਡੀਜ਼ਲ ਇੰਜਨ, ਆਹ ਹੈ ਪੈਸੈਂਜਰ ਟ੍ਰੇਨ ਜੋ ਕਿ ਸ਼ਾਇਦ ਇਸ ਵਕਤ ਚੱਲ ਨਹੀਂ ਰਹੀ। ਇਹ ਹੈ ਪਲੇਟਫਾਰਮ ਨੰਬਰ 5, ਤੁਸੀਂ ਦੇਖ ਸਕਦੇ ਹੋ ਫਿਰੋਜ਼ਪੁਰ ਕੈਂਟ ਦਾ ਪਲੇਟਫਾਰਮ ਨੰਬਰ 5, ਰੇਲਵੇ ਸਟੇਸ਼ਨ 'ਤੇ ਖੜ੍ਹੇ ਹਾਂ ਅਸੀਂ ਵੇਲੇ। ਦੀ ਟ੍ਰੇਨ ਖੜ੍ਹੀ ਹੈ ਇੱਕ, ਆਹ ਤੁਸੀਂ ਦੇਖ ਸਕਦੇ ਹੋ। ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਕਾਫੀ ਇੱਥੇ। ਇਹ ਹੈ ਪਲੇਟਫਾਰਮ ਨੰਬਰ 2, ਉੱਪਰ ਚੱਲਦੇ ਹਾਂ ਪ੍ਰੋਵਿਊ ਲੈਂਦੇ ਹਾਂ। ਟ੍ਰੇਨਸ ਇੱਧਰ ਵੀ ਖੜ੍ਹੀਆਂ ਨੇ ਦੇਖ ਸਕਦੇ ਹੋ ਤੁਸੀਂ, ਦੇਖੋ ਮਿਸਾਈਲ ਲਾਂਚਰ, ਟਰੱਕ ਦੇ ਮਗਰ ਬੰਨਿਆ ਹੋਇਆ ਟਰੱਕ ਖੜ੍ਹੇ ਆਰਮੀ ਦੇ, JCB ਵੀ ਹੈਗੀ ਹੈ ਦੇਖ ਸਕਦੇ ਹੋ। ਇੱਥੋਂ WDG-4 ਇੰਜਨ ਖੜ੍ਹਾ ਸਾਹਮਣੇ। ਕੁਛ ਦਿਨਾਂ 'ਚ ਇਹ ਇੰਜਨ ਰਿਟਾਇਰ ਹੋਣ ਵਾਲਾ ਹੈ ਕਿਉਂਕਿ ਸਰਕਾਰ ਨੇ ਡੀਜ਼ਲ ਇੰਜਨ ਬੰਦ ਕਰਤੇ ਹੈ। ਅਤੇ ਜਿੰਨੇ ਵੀ ਡੀਜ਼ਲ ਇੰਜਨ ਨੇ ਉਹ ਸਰਕਾਰ ਨੇ ਤੁਹਾਨੂੰ ਸਾਲ 2 ਸਾਲ ਦੇ ਅੰਦਰ ਬਿਲਕੁਲ ਹੀ ਬੰਦ ਹੋ ਜਾਣਗੇ, ਕੋਈ ਵੀ ਡੀਜ਼ਲ ਇੰਜਨ ਤੁਹਾਨੂੰ ਪਲੇਟਫਾਰਮ 'ਤੇ ਦੇਖਣ ਨੂੰ ਹੁਣ ਬਿਲਕੁਲ ਵੀ ਨਹੀਂ ਮਿਲੇਗਾ। ਅਤੇ ਜਿੰਨੇ ਵੀ ਡੀਜ਼ਲ ਇੰਜਨ ਹੈ ਆਉਣ ਵਾਲੇ ਟਾਈਮ ਦੇ ਵਿੱਚ ਬਿਲਕੁਲ ਹੀ ਸਰਕਾਰ ਬੰਦ ਕਰ ਦੇਗੀ। ਫਿਊਲ ਟੈਂਕ ਦੇਖੋ, ਆਈ ਥਿੰਕ ਇਹ 5000 ਲੀਟਰ ਦਾ ਹੁੰਦਾ ਫਿਊਲ ਟੈਂਕ। WDG-4 ਔਰ ਉੱਤੇ ਟ੍ਰੇਨ ਦਾ ਨੰਬਰ ਲਿਖਿਆ ਹੋਇਆ 7093 ਨੰਬਰ, ਇਹਦਾ ਇੰਜਨ ਦੇ ਨਾਲ ਨੰਬਰ ਲਿਖਿਆ ਹੋਇਆ। ਗ੍ਰੀਨ ਕਲਰ ਦੇ ਵਿੱਚ ਮੈਟ ਸਕਾਰਪੀਓ ਐਨ। ਹਾਂਜੀ, ਤੁਹਾਨੂੰ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਦੀ ਵੀਡੀਓ ਅੱਛੀ ਲੱਗੀ ਹੋਏਗੀ, ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਨਾ। ਥੈਂਕ ਯੂ।